કેજીમે સોને સારેયાને દેખ લે કે થમ્બનેલ ચ મે લિખેગા દિલ ખુશ કરતા બાકી યાર ટ્રિપલ આર મૂવી ને તા દિલ ખુશ કરતા તો હેલો ગાઈસ કે મે ઓ સારે આઈ હોપ ટુ સારે ઠીક હોંગે વેલકમ ટુ માય યુટ્યુબ ચેનલ એચ આર ટીવી તા કલ 25 તારીખ નું ટ્રિપલ આર મૂવી રિલીઝ થઈ હૈ ਜਿਸ ਨੂੰ ਡਾਇਰੈਕਟ ਕੀਤਾ ਹੈ ਐਸ ਐਸ ਰਾਜਮੋਲੀ હાંજી એહી ઉહી ਡਾਇਰੈક્ટર ને ਜਿਨ੍ਹਾਂ ਨੇ ਬਾਹੂਬਲੀ 2 ਡਾਇਰੈਕਟ ਕੀਤੀ ਸੀ ਬਾਹੂਬਲੀ 2 ਤੋਂ ਬਾਅਦ ਸਿੱਧੜ ટ્રિਪਲ આર મૂવી ਲੈ ਕੇ ਆ ਰਹੇ ਨੇ ਜੇ ਮੂਵੀ ਦੀ ਸਟੋਰੀ ਦੀ ਗੱਲ ਕਰੀਏ ਤਾਂ ਮੂਵੀ ਦੀ ਸਟੋਰੀ 인ਡिपेंडੈਂਸ ਹੋਣ ਤੋਂ ਪਹਿਲਾਂ ਦੀ ਹੈ ਆਜ਼ਾਦੀ ਹੋਣ ਤੋਂ ਪਹਿਲਾਂ ਦੀ ਸਟੋਰੀ ਹੈ ਜਿਸ ਵਿੱਚ ਅੰਗਰੇਜ਼ਾਂ ਦਾ ਕੈਰੈਕਟਰ ਵੀ ਮੂਵੀ ਵਿੱਚ ਦਿਖਾਇਆ ਗਿਆ ਹੈ ਇੱਕ ਗੱਲ ਅੰਗਰੇਜ਼ਾਂ ਦੇ ਕੈਰੈਕਟਰ ਦੀ ਮੈਨੂੰ ਵਧੀਆ ਲੱਗੀ ਕਿ ਉਹ ਸਿਰਫ ਇੰਗਲਿਸ਼ ਬੋਲਦੇ ਨੇ ਉਹ ਐਵੇਂ ਨਹੀਂ ਬੋਲਦੇ ਇਹ ਤੂੰ ਕਿਆ ਖੜ ਰਹੇ ਹੋ ਇਹੋ ਜਿਹਾ ਕੁਝ ਮੂਵੀ ਵਿੱਚ ਨਹੀਂ ਦਿਖਾਇਆ ਗਿਆ ਕਿ ਜਿਵੇਂ ਬਾਕੀ ਮੂਵੀਜ਼ ਵਿੱਚ ਦਿਖਾਇਆ ਸੀ ਜਿਵੇਂ ਠੱਗਜ਼ ਆਫ ਹਿੰਦੁਸਤਾਨ ਚ ਅੰਗਰੇਜ਼ਾਂ ਨੂੰ ਐਂ ਬੋਲ ਕੇ ਦਿਖਾਇਆ ਸੀ ਜੋ ਕਿ ਵਧੀਆ ਨਹੀਂ ਲੱਗਿਆ ਜੇ ਮੂਵੀ ਦੇ ਐਕਟਰਾ ਦੀ ਗੱਲ ਕਰੀਏ ਤਾਂ ਮੂਵੀ ਵਿੱਚ ਜੂਨੀਅਰ ਐਨਟੀਆਰ ਅਤੇ ਰਾਮਚਰਨ ਦੇਖਣ ਨੂੰ ਮਿਲਣਗੇ। ਉਹਨਾਂ ਦਾ ਕੰਮ ਵੀ ਵਧੀਆ ਸੀ। ਉਹਨਾਂ ਦਾ ਐਕਸ਼ਨ ਬਹੁਤ ਵਧੀਆ ਕਰਿਆ ਹੋਇਆ ਹੈ। ਐਸਐਸ ਰਾਜਮੋਲੀ ਦਾ ਕੈਮਰਾ ਵਰਕ ਅਤੇ ਸੈਟ ਲੋਕੇਸ਼ਨ ਬਾ ਕਮਾਲ ਸੀ। ਜਿੱਥੇ ਮੂਵੀ ਥੋੜੀ ਜਿਹੀ ਸਲੋ ਹੋਣ ਲੱਗਦੀ ਹੈ ਉੱਥੇ ਬਹੁਤ ਵਧੀਆ ਐਕਸ਼ਨ ਲਿਆ ਕੇ ਐਸਐਸ ਰਾਜਮੋਲੀ ਮੂਵੀ ਵਿੱਚ ਰੱਖ ਦਿੰਦੇ ਨੇ। ਮੂਵੀ 1 ਮਿੰਟ ਵੀ ਆਪਾਂ ਨੂੰ ਬੋਰ ਨਹੀਂ ਹੋਣ ਦਿੰਦੀ ਹਾਲਾਂਕਿ ਮੂਵੀ 3 ਘੰਟੇ ਦੀ ਹੈ। ਮੂਵੀ ਵਿੱਚ ਇੱਕ ਗਾਣਾ ਆਉਂਦਾ ਹੈ ਨਾਟੋ ਨਾਟੋ ਉਸ ਵਿੱਚ ਰਾਮਚੰਦਰ ਨੇ ਤੇ ਐਨਟੀਆਰ ਨੇ ਡਾਂਸ ਕੀਤਾ ਹੈ ਬਹੁਤ ਵਧੀਆ ਡਾਂਸ ਹੈ ਯਾਰ ਜੋ એનર્ਜੀ ਭਰ ਦਿੰਦਾ ਸਰੀਰ 'ਚ ਬਹੁਤ ਫਾਸਟ ਫਾਸਟ ਸਟੈਪ ਕੀਤੇ ਨੇ ਡਾਂਸ ਵਿੱਚ ਮੂਵੀ ਦਾ ਫਰਸਟ ਹਾਫ ਤਾਂ ਬਹੁਤ ਫਾਸਟ ਚੱਲਦਾ ਹੈ ਜਿਸ ਵਿੱਚ ਬਹੁਤ ਵਧੀਆ ਐਕਸ਼ਨ ਦਿਖਾਇਆ ਗਿਆ ਹੈ ਨਿਕਲ ਕਰੀਏ ਮੂਵੀ ਦੇ ਸੈਕੰਡ ਹਾਫ ਦੀ ਤਾਂ ਉਹ ਥੋੜਾ ਜਿਹਾ ਸਲੋ ਹੋ ਜਾਂਦਾ ਹੈ ਫਿਰ ਉਹ ਸਟੋਰੀ ਡਿਵੈਲਪ ਵੀ ਕਰਦਾ ਹੈ ਤਾਂ ਉਹਦਾ ਸਲੋ ਹੋਣਾ ਬਣਦਾ ਸੀ ਸੈਕੰਡ ਹਾਫ ਦਾ ਤੇ ਸੈਕੰਡ ਹਾਅ ਵਿੱਚ ਹੀ ਐਂਟਰੀ ਹੁੰਦੀ ਹੈ ਆਪਣੇ ਜਿਹੜੇ ਬਗਾਨਾ ਸਾਹਿਬ ਦੀ ਜਿਨ੍ਹਾਂ ਦਾ ਰੋਲ ਘੱਟ ਹੈ ਪਰ ਉਹਨਾਂ ਦਾ ਜਿੰਨਾ ਵੀ ਰੋਲ ਹੈ ਬਾ ਕਮਾਲ ਹੈ ਯਾਰ ਕੰਮ ਵਧੀਆ ਕਰਿਆ ਹੋਇਆ ਉਹਨਾਂ ਦਾ ਉਹਨਾਂ ਦਾ ਰੋਲ ਵੀ ਜ਼ਰੂਰੀ ਬਣਾਇਆ ਹੋਇਆ ਹੈਗਾ ਇਸ ਮੂਵੀ ਵਿੱਚ ਇਹਨਾਂ ਤੋਂ ਇਲਾਵਾ ਆਲੀਆ ਪੱਟ ਦਾ ਰੋਲ ਹੈ ਉਹਨਾਂ ਦਾ ਰੋਲ ਥੋੜਾ ਹੀ ਹੈ ਚਲੋ ਠੀਕ ਹੈ ਉਹਨਾਂ ਦਾ ਰੋਲ ਵੀ ਜੇ ਗੱਲ ਕਰੀਏ ਮੂਵੀ ਦੇ ਐਂਡ ਵਾਲੇ ਸੀਨ ਦੀ ਐਂਡ ਵਾਲਾ ਸੀਨ ਐਕਸ਼ਨ ਦਾ ਮੂਵੀ ਦਾ ਕਮਾਲ ਹੈ ਯਾਰ ਰਾਮਚੰਦ ਨੂੰ ਰਾਮ ਬਣਾ ਕੇ ਪ੍ਰੈਜ਼ੈਂਟ ਕੀਤਾ ਮੂਵੀ ਵਿੱਚ ਬਾਲੀਵੁੱਡ ਮੂਵੀਜ਼ ਇਹੋ ਜਿਹੇ ਬਣਨੀਆਂ ਚਾਹੀਦੀਆਂ ਨੇ ਜੇ ਮੂਵੀ ਦੇ ਹਿੰਦੀ ਡਬਿੰਗ ਦੀ ਗੱਲ ਕਰੀਏ ਤਾਂ ਜੂਨੀਅਰ ਐਨਟੀਆਰ ਅਤੇ ਰਾਮਚੰਦ ਨੇ ਆਪਣਾ ਹਿੰਦੀ ਡਬਿੰਗ ਆਪ ਕੀਤੀ ਹੈ ਮਤਲਬ ਹਿੰਦੀ ਚ ਬੋਲਿਆ ਉਹਨਾਂ ਨੇ ਉਹ ਵੀ ਵਧੀਆ ਬੋਲਿਆ ਪ੍ਰਭਾਸ ਨਾਲੋਂ ਤਾਂ ਬਹੁਤ ਵਧੀਆ ਬੋਲਿਆ ਮੂਵੀ ਦਾ ਐਕਸ਼ਨ ਬਾ ਕਮਾਲ ਮੂਵੀ ਦੀ ਸਟੋਰੀ ਐਂਡ ਮੂਵੀ ਦੀ ਡਾਇਰੈਕਸ਼ਨ ਟਾਪ ਨੋਜ਼ ਮੂਵੀ ਦਾ 뮤직 ਹਾਈ ਲੈਵਲ ਦਾ ਮੈਂ ਇਹ ਮੂਵੀ ਨੂੰ ਪਰਸਨਲੀ ਰეკਮੈਂਡ ਕਰੂੰਗਾ ਇਹ ਮੂਵੀ ਨੂੰ ਜਾ ਕੇ ਆਪਣੇ ਸਿਨੇਮਾ ਘਰਾਂ ਚ ਦੇਖੋ ਤੇ ਹੋਰ ਵੀਡੀਓ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਬ ਤੱਕ ਲਈ ਸਤਿ ਸ਼੍ਰੀ ਅਕਾਲ